ਐਤਵਾਰ ਦੀ ਸਵੇਰ ਫਗਵਾੜਾ ਲੁਧਿਆਣਾ ਮੁੱਖ ਜੀਟੀ ਰੋਡ ਤੇ ਚਾਚੋਕੀ ਨਜ਼ਦੀਕ ਪੁਲ ਉੱਪਰ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲਿਆ ਜਦ ਬਜਰੀ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸੰਬੰਧੀ ਟ੍ਰੈਫਿਕ ਪੁਲਿਸ ਦੇ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਬਜਰੀ ਨਾਲ ਭਰਿਆ ਇਹ ਟਰੱਕ ਪਠਾਨਕੋਟ ਤੋਂ ਲੁਧਿਆਣਾ ਜਾ ਰਿਹਾ ਸੀ ਕਿ ਚਾਚੋਕੀ ਨੇੜੇ ਟਰੱਕ ਦਾ ਟਾਇਰ ਅਚਾਨਕ ਫਟ ਗਿਆ, ਜਿਸ ਕਾਰਨ ਟਰੱਕ ਚਾਲਕ ਟਰੱਕ ਤੋਂ ਸੰਤੁਲਨ ਗੁਆ ਬੈਠਾ ਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਤੋਂ ਬਾਅਦ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨੂੰ ਪੁਲ ਦੇ ਹੇਠਾਂ ਤੋਂ ਡਾਇਵਰਟ ਕੀਤਾ ਗਿਆ। ਭੋਗ ਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੋਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੋਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ ਨੇ, ਕੋਈ ਵੀ ਇਨਕਮ ਦਾ ਸਾਧਨ ਨਹੀਂ ਆ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਤੇ ਕਰੋੜਾਂ ਦੀ ਸੰਪਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਐਕਸੀਡੈਂਟ ਭਾਈ ਸਵੇਰੇ ਸਾਨੂੰ ਕੋਈ 6:30 ਵਜੇ ਫੋਨ ਆਇਆ ਸੀਗਾ ਇਹਨਾਂ ਦਾ, ਅਤੇ ਵੀ ਇੱਦਾਂ ਇੱਦਾਂ ਗੱਡੀ ਇੱਥੇ ਚਾਚੋ ਕੀ ਪਲਟੀ ਹੈ। ਅਤੇ ਅਸੀਂ ਆ ਕੇ ਦੇਖਿਆ ਮੌਕਾ, ਡਰਾਈਵਰ ਦੇ ਸੁਣਨ ਦੇ ਵਿੱਚ ਆਇਆ ਵੀ ਡਰਾਈਵਰ ਦੇ ਸੱਟ ਲੱਗੀ ਆ, ਅਤੇ ਡਰਾਈਵਰ ਨੂੰ ਸਿਵਲ ਹੋਸਪਿਟਲ ਸ਼ਾਇਦ ਜੇਰੇ ਇਲਾਜ ਆ, ਅਤੇ ਅਸੀਂ ਹੁਣ ਕਰੇਨਾ ਲੈ ਕੇ ਆਏ ਹਾਂ ਇਹਨੂੰ ਸਿੱਧੀ ਕਰਾਂਗੇ। ਮੈਂ ਸੁਖਦੀਪ ਸਿੰਘ, ਸੁਖਦੀਪ ਕਰੇਨ ਸਰਵਿਸ ਤੋਂ ਫਗਵਾੜੇ। ਇਹ ਗੱਡੀ ਸਰ ਮਤਲਬ ਜਿਹੜੀ ਬਦਰੀ ਵਾਲੀਆਂ ਗੱਡੀਆਂ ਤਕਰੀਬਨ ਇੱਧਰ ਪਠਾਨਕੋਟ ਤੋਂ ਆਉਂਦੀਆਂ, ਮਤਲਬ ਜੈਕਟ ਨਹੀਂ ਪਤਾ ਵੀ ਕਿੱਥੋਂ ਲੋਡ ਹੋਈ ਆ, ਕਿੱਥੇ ਜਾ ਰਹੀ ਹੈ? ਲੁਧਿਆਣੇ ਜਾ ਰਿਹਾ ਮਾਲ ਇਹਨਾਂ ਦਾ। ਕਾਰਨ ਕੀ ਆ ਜਿਹੜਾ ਐਕਸੀਡੈਂਟ ਦਾ? ਕਾਰਨ ਮਤਲਬ ਇਹਨਾਂ ਦਾ ਜੋ ਇਹਨਾਂ ਨੇ ਦੱਸਿਆ, ਇੱਥੇ ਆ ਕੇ ਪਤਾ ਲੱਗਾ ਵੀ ਟਾਇਰ ਇਹਨਾਂ ਦਾ ਫਟ ਗਿਆ। ਟਾਇਰ ਫਟਣ ਦੇ ਨਾਲ ਗੱਡੀ ਸੱਜਾ ਟਾਇਰ ਫਟ ਗਿਆ ਅਤੇ ਸੱਜੇ ਪਾਸੇ ਖਿੱਚ ਕੇ ਅਤੇ ਗੱਡੀ ਇਹਦੇ ਵਿੱਚ ਲੱਗ ਕੇ ਜਿਹੜੀ ਆ ਰੇਲਿੰਗ ਆ ਇਹਦੇ ਨਾਲ ਗੱਡੀ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਡਰਾਈਵਰ ਦਾ ਕੋਈ ਸੱਟ ਚੋਟ ਤਾਂ ਨਹੀਂ ਲੱਗੀ? ਡਰਾਈਵਰ ਦੇ ਥੋੜ੍ਹੀ ਬਹੁਤੀ ਸੱਟ ਆ ਕਹਿੰਦੇ। ਆਪਣਾ ਅਮਰਜੀਤ ਸਿੰਘ, ASI ਸਰ। ਹਾਂਜੀ ਸਰ, ਕੀ ਇਹ ਮਾਮਲਾ ਜਿਹੜਾ ਐਕਸੀਡੈਂਟ ਹੋਇਆ? ਮਾਮਲਾ ਟਰੱਕ ਆ ਰਿਹਾ ਸੀਗਾ ਪਠਾਨਕੋਟ ਤੋਂ ਓਵਰਲੋਡ ਦੂਜੇ ਵੱਟਿਆਂ ਨਾਲ ਭਰਿਆ ਸੀਗਾ ਅਤੇ ਟਰੱਕ ਓਵਰਲੋਡ ਵੀ ਸੀਗਾ ਹੋਇਆ ਜ਼ਿਆਦਾ, ਅਤੇ ਮੋਹਲਾ ਟਾਇਰ ਪਟ ਗਿਆ, ਟਾਇਰ ਪਟਣ ਫਿਰ ਵੱਟੇ ਚੜ੍ਹ ਕੇ ਅਤੇ ਟਰੱਕ ਪਲਟ ਗਿਆ, ਸਾਰਾ ਹੀ ਦੂਜਾ ਵੱਟਾ ਸਾਰਾ ਹੀ ਦੂਜਾ ਹੋ ਗਿਆ, ਡਿੱਗ ਪਿਆ, ਸੜਕ ਬਲੋਕ ਹੋ ਗਈ। ਡਰਾਈਵਰ ਠੀਕ ਠਾਕ ਆ ਅਤੇ ਮੋਹਲਾ ਟਾਇਰ ਪਟ ਗਿਆ ਅਤੇ ਇਹ ਲੁਧਿਆਣੇ ਜਾ ਰਿਹਾ ਕਹਿੰਦੇ ਦੱਸਦੇ ਆ। ਪਠਾਨਕੋਟ ਤੋਂ ਆ ਰਹੇ ਸੀਗੇ ਜੀ, ਲੁਧਿਆਣੇ ਜਾ ਰਹੇ ਆ ਜੀ, ਅਤੇ ਟ੍ਰੈਫਿਕ ਬੰਦ ਕੀਤੀ ਆ ਥੱਲੇ ਜੀ, ਪੈ ਜੂਗਾ ਟ੍ਰੈਫਿਕ। ਅਤੇ 6:30 ਵਜੇ ਕਹਿੰਦੇ, 7 ਵਜੇ ਕਹਿੰਦੇ, 6:30-7 ਵਜੇ ਦੇ ਵਿੱਚ ਹੋਇਆ। ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।